Por eso. ਖੁੱਲ੍ਹੇ ਦਿਲ ਨਾਲ ਬਈ ਸਲਵਾਤ ਪੜ੍ਹੋ ਅਤੇ ਮੈਂ ਬਈ ਦੇ ਹੁਕਮ ਦੀ ਤਾਮੀਲ ਕਰਾਂ। ਮੇਰਾ ਤਾਂ ਪਹਿਲਾ ਇਤਫਾਕ ਹੈ ਬਈ, ਹਾਂ ਤੁਸਾਂ ਤਾਂ ਗਵਾਹ ਹੋ ਮੈਂ ਨਹੀਂ ਪੜ੍ਹੇ ਕਦਾਂ ਕਸੀ, ਅਤੇ ਸਲਵਾਤ ਦੀ ਨਹੀਂ ਮੈਂ ਪੜ੍ਹੀ ਤਾਂ ਬਸ ਤੁਸਾਂ ਪੜ੍ਹੋ। ਭਾਈ ਅਰਸ਼ ਤੱਕ ਪਤਾ ਲੱਗੇ ਜ਼ਿਕਰ ਜਾਰੀ ਹੈ, ਇਤਨੀ ਬੁਲੰਦ ਸਲਵਾਤ ਪੜ੍ਹੋ। ਅਗਰ ਖਾਨਾ ਕਾਬਾ ਚ ਨਮਾਜ਼ ਪੜ੍ਹੋ, ਇੱਕ ਲੱਖ ਵਾਜਬ ਨਮਾਜ਼ ਦਾ ਸਵਾਬ। ਮੈਂ ਇੱਥੇ ਹੀ ਕਸੀਦਾ ਪੜ੍ਹਾਂ ਚਾ ਬਾਬਾ, ਇਹ ਇੱਕ ਮਿੰਟ ਰੁਕ ਹੀ ਵਾਸਤੇ ਗਈਆਂ ਮਜਲੇ ਸੇ, ਹੁਣ ਆਖਿਰ ਚ ਦਾਖਿਲ। ਇਹ ਜਿਤਨੇ ਆਏ ਬੈਠੇ ਨੇ ਨਾ ਕੁੜਾ ਸਾਹਮਣਾ ਚਾਹੁੰਦਾ, ਇਹ ਜਿਹੜੀ ਸਲਵਾਤ ਪੜ੍ਹਦੇ ਹੋ ਇਹਦਾ ਸਵਾਬ ਕਿਤਨਾ ਹੈ। ਮਸਜਿਦ ਨਬਵੀ ਚ ਜਾਂ ਕਈ ਇਮਾਮ ਦੇ ਰੋਦੇ ਤਲੇ ਪੜ੍ਹੋ, 50,000 ਵਾਜਿਬ ਨਮਾਜ਼ ਦਾ ਸਵਾਬ। ਅਤੇ ਅੱਜ ਦੀ ਰਾਤ ਦਾ ਸਦਕਾ ਸ਼ਾਲਾ ਸਾਰੇ ਵੰਜ ਕੇ ਇਹਨਾਂ ਜਹੀਂ 'ਤੇ ਨਮਾਜ਼ ਪੜ੍ਹੋ, ਮੌਲਾ ਤੁਹਾਡੇ ਬਾਲਾਂ ਕੋਈ ਨਮਾਜ਼ੀ ਬਣਾਓ। ਅੱਲਾ ਨਮਾਜ਼ ਤਾਂ ਘਰ ਵਿੱਚ ਹੀ ਪੜ੍ਹੋ ਥੀ ਵੈਂਦੀ ਹੈ, ਇਵੇਂ ਵੁਜ਼ੂ ਕਰੋ ਘਰ ਪੜ੍ਹੋ ਚਾ ਨਮਾਜ਼ ਹੋ ਵੈਂਦੀ ਹੈ। ਪਰ ਦਰਬਾਰ ਵਿੱਚ ਮਜਲੇ ਸੁਣਾ ਨਾ ਲਿਓ, ਇਹ ਨਮਾਜ਼ ਅਗਰ ਮਸਜਿਦ ਵਿੱਚ ਵੰਜ ਕੇ ਪੜ੍ਹਸੇ, ਜਿਤਨੇ ਕਦਮ ਚਾ ਕੇ ਮਸਜਿਦ ਵਿੱਚ ਵੈਸੇ, ਤਾਂ ਕੋ ਉਤਨੀਆਂ ਨਮਾਜ਼ਾਂ ਦਾ ਸਵਾਬ। ਤਲਾਲਾ ਜਗਮ ਗਾਲ ਇੱਥੇ ਹੀ ਨਹੀਂ ਮੁੱਕੀ, ਉਲਮਾ ਦੇ ਸਰ ਤੇ ਕੁਰਾਨ ਰੱਖ ਕੇ ਪੁੱਛ ਕੇ ਨਾ, ਉੱਥਾਂ ਨਮਾਜ਼ ਪੜ੍ਹਨ ਮਸਜਿਦ ਵਿੱਚ ਵੈਸੇ, ਜਮਾਤ ਵਿੱਚ ਖੜਸੇ, ਜਿਤਨੇ ਨਮਾਜ਼ੀ ਜਿਤਨੀਆਂ ਨਮਾਜ਼ੀਆਂ ਦੀ ਤਾਦਾਦ ਉੱਥਾਂ ਉਤਨੀਆਂ ਨਮਾਜ਼ਾਂ ਦਾ ਸਵਾਬ। ਭਾਵੇਂ ਤੇਰੇ ਨਾਲ ਵਾਲੇ ਨਮਾਜ਼ੀ ਦੀ ਨਮਾਜ਼ ਕਬੂਲ ਹੋਵੇ ਤੇ ਭਾਵੇਂ ਕਦਾਂ ਨਾ ਹੋਵੇ। ਅੱਜ ਹੁਸੈਨ ਦੇ ਅਕਬਰ ਦੀ ਆਮਦ ਨਹੀਂ ਹੈ ਤੇ ਇਹ ਮਿੰਬਰ ਤੇ, ਇਹ ਸੱਚਾਂ ਦਾ ਮਿੰਬਰ ਹੈ ਨਾ, ਬੰਦਾ ਆਪਣਾ ਅਕੀਦਾ ਦੱਸੇ। ਜਿਹੜੇ ਅਕੀਦੇ ਦੇ ਬੈਠੇ ਹੋ, ਮੈਡਾ ਅਕੀਦਾ ਹੀ ਹੈ ਨਮਾਜ਼ ਪੜ੍ਹ, ਪਰ ਇਹ ਜ਼ਹਿਨ ਚ ਰੱਖੇ ਉੱਥਾ ਨਮਾਜ਼ ਉਹਾ ਕਬੂਲ ਹੋ ਸੀ ਆ ਜਿਹਦੇ ਵਿੱਚ ਮੇਰੇ ਮੌਲਾ ਅਲੀ ਦੀ ਵੀ ਲਾ। ਇਹ 70 ਆ ਕੇ ਤਾਂ ਮੈਂ ਖਾਲੀ ਚਿਹਰੇ ਹੀ ਦੇਖਣੇ ਆ। ਮਾਸ਼ਾਅੱਲਾ ਬਈ ਸਾਰੇ ਅਕੀਦਤ ਲਈ ਬੈਠੇ ਹੋ। ਆਖਣ ਦਾ ਮਕਸਦ, ਇਤਨੀ ਗੱਲ ਕਰਨ ਦਾ ਮਕਸਦ, ਇਹ ਜਿਹੜਾ ਸਵਾਬ ਹੈ ਨਾ, ਇਹ ਗਿਣਤੀ 'ਚ ਸਮਝ ਆਉਂਦੀ ਪਈ ਹੈ ਨਾ। ਲੱਖ ਕੋਈ ਲਾਮਹਦੂਦ ਨਹੀਂ, ਲੱਖ ਦੀ ਇੱਕ ਹੱਦ ਹੈ, ਗਿਣਨਾ ਚਾਹੋ ਹੱਥਾਂ 'ਤੇ ਗਿਣ ਸੁਣਦੇ ਹੋ। ਪਰ ਮੈਂ ਕੋਈ ਅੱਜ ਦੀ ਰਾਤ ਦੀ ਕਸਮ ਹੈ ਬਈ, ਸੀਆ ਸੁਣੀ ਦੋਸਤੋ, ਇਹ ਜਿਹੜੀ ਤੁਸੀਂ ਪੜ੍ਹਦੇ ਹੋ ਨਾ, ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ 'ਤੇ ਸਲਵਾਤ, ਇਹਦਾ ਇਤਨਾ ਸਵਾਬ ਹੈ। ਅੱਲਾਹ ਦਾ ਉਹ ਫਰਿਸ਼ਤਾ ਜਿਹੜਾ ਬਾਰਿਸ਼ ਦੇ ਕਤਰੇ ਗਿਣਦਾ ਹੈ, ਉਹ ਵੀ ਇਬਾਦਤ ਦਾ ਸ਼ੁਮਾਰ ਨਹੀਂ ਕਰ ਸਕਦਾ। ਇਤਫਾਕ ਮੇਰਾ ਪਹਿਲਾ ਹੀ, ਪਰ ਆਪ ਤੂੰ ਚੰਗਾ ਰਾਜ਼ੀਆਂ, ਕੰਡ ਪਿੱਛੋਂ ਬਹਿ ਗਈਆਂ ਸਾਹਮਣੇ ਥੀ ਆ ਬਈ ਕਸੀਦੇ। ਮੈਂ ਨਾ ਮੇਰੇ ਨਾਲ ਸੋਜ਼ੀ ਹਨ ਅਤੇ ਨਾ ਮੈਂ ਡਾਇਰੀ ਰੱਖੀ ਖਾਣਾ, ਇਹ ਇਵੇਂ ਚ ਸਮਝੋ ਜਿਹੜੀ ਦਿਲ ਦੀ ਅਕੀਦਾ ਅਤੇ ਜਿਹੜੀ ਮੂੰਹ ਚੋਂ ਨਿਕਲ ਸੀ। ਮੌਲਾ ਹੁਸੈਨ ਦੀ ਸ਼ਾਨ ਦਾ ਕਸੀਦਾ ਸੁਣਾਉਣਾ ਚਾਹੁੰਦਾ,
ਜਿਤਨੀ ਅਕਬਰ ਦੇ ਬਾਬੇ ਦੀ ਇੱਜ਼ਤ ਤੁਹਾਡੇ ਦਿਲਾਂ 'ਚ ਬੁਲੰਦ ਹੈ ਉਤਨੀ ਬੁਲੰਦ ਸਲਵਾਤ ਪੜ੍ਹੋ ਅਤੇ ਮੈਂ ਕਸੀ ਕਰ ਸਕਦਾ। ਮੁਰਸਲ ਹੈਰਤ ਵਿੱਚ ਦਿਸਦੇ ਹਿਲ ਕਿਆ ਰੁੱਤ ਪਾਜਣ ਆਮ ਕੋਈ ਇਨਸਾਨ ਬਤੂਲ ਦੇ ਬਚੜੇ ਦਾ ਸੋਹਣੀ ਦੁਆ ਨਹੀਂ ਮਿਲ ਗਈ ਕਿਵੇਂ ਸੁਣਦੇ ਰਾਸ ਹੋ ਤਾਂ ਮੈਂ ਚੋਖਾ ਪੜ ਰਿਹਾ ਸੀ। ਮੁਰਸਲ ਹੈਰਤ ਵਿੱਚ ਦਿਸਦੇ ਹਿਲ ਕਿਆ ਰੁੱਤ ਪਾਜਣ ਆਮ ਕੋਈ ਇਨਸਾਨ ਬਤੂਲ ਦੇ ਬਚੜੇ ਦਾ। ਅਗਲੀ ਸੱਤਰ ਸਮੇਂ ਕੁਰਾਨ ਦਾ ਕਾਰੀ ਹਰ ਕੋਈ ਹੈ ਪਰ ਕਾਰੀ ਆਪ ਨਜ਼ਰ ਆਉਂਦਾ ਹੈ ਕੁਰਾਨ ਬਤੂਲ ਦੇ ਬਚੜੇ ਦਾ। ਜੀਓ ਪਏ ਹਮ ਜੀਓ ਪਏ ਹਮ ਮਲਾ ਦਾ ਫਲ ਮਿਲਦਾ ਸੀ ਤੱਕ ਮੁਸ਼ਕਲਾਂ ਦਾ ਹਾਲ ਮਿਲਦਾ ਸੀ ਇਹ ਪਹਿਲੀ ਦਫਾ ਪੜ੍ਹੇ ਆਪ ਪੜ੍ਹੇ ਤਾਂ ਹਜ਼ਾਰ ਤੂੰ ਘੱਟ ਨਹੀਂ ਗਿਣਦਾ ਪੜ੍ਹਾਇਆ ਹੀ ਜ਼ਬਰਦਸਤੀ ਇਸ ਤੇ ਕੱਢਾ ਡੂ ਸੋਇਸ ਪਹਿਲੀ ਮਿੰਬਰ ਦੇ ਨੀ ਆ ਦੇ ਕੋਈ ਵੀ ਬੰਦਾ ਇਬਾਦਤ ਕਰੇ ਨਾ ਜਿਹੜੇ ਮਜ਼ਹਬ ਦੀ ਹੋਵੇ ਉਹ ਇਬਾਦਤ ਈ ਵਾਸਤੇ ਕਰੇਂਦਾ ਮੈਂ ਕੋ ਰੱਬ ਮਿਲ ਵੰਨੇ ਇਵੇਂ ਹੈ ਨਾ ਇਹ ਸ਼ਰ੍ਹਾ ਹੀ ਹੋਏ ਮੌਲਾ ਕਬੂਲ ਕਰੇ ਬਈ ਸ਼ਰ੍ਹਾ ਹੀ ਹੈ ਦਸਾਉਣਾ ਚਾਹੁੰਦਾ ਬਈ ਰੱਬ ਮਿਲਦਾ ਕਿਵੇਂ ਤੈਕੂ ਅਮਲਾਂ ਦਾ ਫਲ ਮਿਲਵਾ ਸੀ ਤੈਕੂ ਮੁਸ਼ਕਲਾਂ ਦਾ ਹਾਲ ਮਿਲਵਾ ਸੀ ਹਾਲ ਮਿਲਵਾ ਸੀ ਸੁਣੇ ਤੈਰੋ ਤੇਰੀ ਕੋਸ਼ਿਸ਼ ਹੈ ਰੱਬ ਮਿਲ ਜਾਵੇ ਰੱਬ ਮਿਲ ਵੈਸੀ ਤੂੰ ਹਾਸਲ ਕਰ ਇਰਫਾਨ ਬਤੂਲ ਦੇ ਬਚੜੇ ਦਾ। ਜੀਓ ਪਏ ਜੀਓ ਪਏ ਤੇਰੀ ਕੋਸ਼ਿਸ਼ ਹੈ ਮੈਂ ਕੋ ਪੜ੍ਹਨ ਲੱਗੀ ਹਾਂ ਮੈਂ ਤਾਂ ਭੁੱਲ ਵੰਨੇ ਨੇੜੇ ਥੀ ਆ ਨੇੜੇ ਥੀ ਆ ਪਿਆਜ ਮੁਸਲਿਮ ਸਦ ਵੇਂਦਾ ਇਸਲਾਮ ਇਸਲਾਮ ਕਰੇਂਦਾ ਹੈ ਉਹ ਬਈ ਜਿਹੜੇ ਬਾਹਰ ਖੜੇ ਹੋ ਮੈਂ ਹਰ ਬੰਦੇ ਕੋਲ ਇਦਾਦ ਗਿਣਸਾਂ ਅੱਜ ਦੇ ਜਿਤਨੇ ਵੀ ਬੈਠੇ ਹੋ ਮੁਸਲਮਾਨ ਸਦਾਵਣ ਸੌਖਾ ਹੈ ਇਵੇਂ ਹੈ ਨਾ ਇਹ ਸੱਤਰ ਸਮੇਂ ਗਿਆ ਜ਼ਿਕਰ ਦੀ ਕਸਮ ਹੈ ਕਬਰ ਤੱਕ ਹੀ ਮੈਂ ਕੋ ਦੁਆ ਕਰੇ ਸੀ ਪਿਆਜ ਮੁਸਲਿਮ ਸਦ ਵੇਂਦਾ ਇਸਲਾਮ ਇਸਲਾਮ ਕਰੇਂਦਾ ਹੈ ਤੂੰ ਕਰੇਂਦਾ ਹੈ ਵੱਡਾ ਉੱਚੀਆਂ ਬਾਂਗਾਂ ਦੇਂਦਾ ਹੈ ਕਦੀ ਇਹ ਵੀ ਯਾਰ ਸੁਚੇਂਦਾ ਹੈ ਹੀ ਵੀ ਦਾਨ ਬਤੂਲ ਦੇ ਬਚੜੇ ਦਾ
ਲੱਕ ਦਫਾ ਵੱਡਾ ਉੱਚੀਆਂ ਬਾਂਗਾਂ ਲੈਂਦਾ ਹੈ ਕਦੀਏ ਵੀ ਯਾਰ ਸੁਚੇਂਦਾ ਹੈ ਹੀ ਵਿਦਾਨ ਬਤੂਲ ਦੇ ਬਚੜੇ ਦਾ ਤੂੰ ਤਾਂ ਜਾਣਦਾ ਹੈ ਮਹਿਬੂਬ ਮੇਰਾ ਈ ਪਿਆਰ ਦਾ ਹੈ ਕਾਨੂੰਨ ਜੁਦਾ ਮੈਂ ਪਹਿਲੀ ਵਾਰੀ ਪੜ੍ਹਦਾ ਕੀ ਨਾ ਪ੍ਰੈਕਟਿਸ ਨਹੀਂ ਮੈਂ ਆਖਾਂ ਨਹੀਂ ਮੇਰੇ ਦਿਲ ਦੇ ਸਮਝੋ ਕਿਹਦਾ ਤੇ ਜਿਹੜੀ ਮੂੰਹ ਚੋਂ ਆਉਣੀ ਕਿਹੜਾ ਨਹੀਂ ਜਾਣਦਾ ਬਈ ਵਾਕਿਆ ਤੁਹਾਡੇ ਬੱਚਾ ਕੋਈ ਯਾਦ ਹੁਸੈਨ ਦਾ ਕੇ ਨਬੀ ਦੀ ਨਮਾਜ਼ ਦੀ ਹਾਲਤ ਵਿੱਚ ਮੋਹਰ ਚ ਸਵਾਰ ਹੋਣਾ ਉਵੇਲੇ ਦਾ ਖੁਦਾ ਦੀ ਦਾਤ ਜਿਹੜੀ ਨਬੀ ਨਾਲ ਗੱਲ ਕੀਤੀ ਏ ਕਸੀਦੇ ਦਾ ਆਖਰੀ ਮਿਸਰਾ ਇਹ ਸੋਹਣਾ ਸੁਣ ਗਿਆ ਤਾਂ ਬੀਆਪੁਰ ਤੂੰ ਤਾਂ ਜਾਣਦਾ ਹੈ ਮਹਿਬੂਬ ਮੇਰਾ ਈ ਪਿਆਰ ਦਾ ਹੈ ਕਾਨੂੰਨ ਜੁਦਾ ਕਾਨੂੰਨ ਜੁਦਾ ਸਮਝੇ ਖੁਦਾ ਦੀ ਦਾਤ ਪਈ ਆਦੀ ਹੈ ਮਨਜ਼ੂਰ ਇਹ ਸਜਦਾ ਤਾਂ ਹੋ ਸੀ ਨਾਰਾਜ਼ ਹੁਸੈਨ ਜੇ ਨਾ ਹੋ ਸੀ ਰੱਖੇ ਧਿਆਨ ਬਤੂਲ ਦੇ ਬਚੜੇ ਦਾ ਆ ਗਈ ਹੈ ਨਹੀਂ ਜਸ਼ਨ ਮੇਰਾ ਕੰਮ ਨਹੀਂ ਬਈ ਬਾਹਰ ਸ਼ਾਬਾਨ ਚਾਰੇ ਦਿਲ ਸ਼ਾਨਦਾਰੇ ਸ਼ਾਬਾਨ ਚਾਰੇ ਦਿਲ ਸ਼ਾਨਦਾਰੇ ਸ਼ਾਬਾਨ ਚਾਰੇ ਦਿਲ ਸ਼ਾਨਦਾਰੇ ਜਗਤੇ ਹੈ ਮੌਸਮ ਬਹਾਰ ਦਾ ਕਿਉਂ ਅੱਜ ਜਸ਼ਨ ਹੈ ਗਾਜ਼ੀ ਸਰਕਾਰ ਦਾ ਸਾਰੇ ਪੜ੍ਹਦੇ ਰਹੇ ਨਲਮਾਲ ਦੀ ਕਸੀਦਾ ਮੈਂ ਵੀ ਆਖੇ ਮੈਂ ਹੀ ਪੜ੍ਹ ਛੋੜਨਾ ਜਿਨ ਇਨਸਾਨ ਪਾ ਦੱਸਾਉਣਾ ਚਾਹੁੰਦਾ ਸਿਰਫ ਤੁਸਾਂ ਨਹੀਂ ਮਨਾਇਆ ਜਸ਼ਨ ਅਬਾਸ ਦਾ ਮਨਾਇਆ ਕਹਿ ਕਹਿ ਕੋਈ ਢੇਰ ਨਹੀਂ ਤਾਂ ਨਹੀਂ ਗੁਜ਼ਰੇ ਚਾਰ ਸ਼ਬਾਨ ਕੋ ਜਿਨ ਇਨਸਾਨ ਪਾ ਜਸ਼ਨ ਮਨਾਉਂਦੇ ਹੂਰਾ ਤੇ ਮਲਕ ਵਧੇ ਲੁੱਡੀਆਂ ਪਾਉਂਦੇ ਵੇਖੋ ਮੁਬਾਰਕਾਂ ਦੇ ਨਾਲ ਪਿਆ ਗੂੰਜਦਾ ਏ ਵੇਖੋ ਮੁਬਾਰਕਾਂ ਦੇ ਨਾਲ ਪਿਆ ਗੂੰਜਦਾ ਏ ਵਿਹੜਾ ਅਲੀ ਸਰਦਾਰ ਦਾ ਅੱਜ ਜਸ਼ਨ ਹੈ ਗਾਜ਼ੀ ਸਰਕਾਰ ਦਾ ਹੋਇਆ ਹੈ ਅਸਰ ਬੀਬੀ ਇਹ ਆਖਰੀ ਮਿਸਰਾ ਉਸ ਤੋਂ ਬਾਅਦ ਇੱਕ ਕਸੀਦਾ ਹੁਸੈਨ ਦੇ ਬਚੜੇ ਦੀ ਸ਼ਾਨ ਹੋਇਆ ਹੈ ਸਰ ਬੀਬੀ ਪਰ ਜਿਵੇਂ ਇਹ ਸ਼ੇਰ ਹੈ ਅਗਰ ਹੱਕ ਅਦਾ ਕਰੇ ਸੋ ਤਾਂ ਮੈਂ ਪੜਸਾਂ ਨਹੀਂ ਤਾਂ ਇਹ ਮਜਲੇ ਸੀ ਮੈਂ ਕੋਈ ਇਤਨੇ ਕਦਾ ਨਿਆਉਣੇ ਜਿਤਨੇ ਆਏ ਪਏ ਹੋਇਆ ਹੈ ਸਰ ਬੀਬੀ ਜ਼ਾਰਾ ਦੀ ਦੁਆਵਾਂ ਦਾ ਦੁਨੀਆ ਤੇ ਖਿਲ ਪਿਆ ਹੈ ਚਮਨ ਵਫਾਵਾਂ ਦਾ ਲੱਗਦਾ ਹੈ ਜ਼ਹੂਰ ਹੋਇਆ ਇਮਰਾਨ ਦੇ ਘਰ ਲੱਗਦਾ ਹੈ ਜ਼ਹੂਰ ਹੋਇਆ ਇਮਰਾਨ ਦੇ ਘਰ ਦੂਜੀ ਵਾਰੀ ਹੈਦਰ ਕਰਾਰ ਦਾ ਅੱਜ ਜਸ਼ਨ ਹੈ ਗਾਜ਼ੀ ਸਰਕਾਰ ਦਾ ਬੁਲੰਦ ਸਲਵਾਤ ਪੜੋ ਬਈ ਇੱਕ ਆਖਰੀ ਕਸੀਦਾ ਹੁਸੈਨ ਦੇ ਅਕਬਰ ਦੀ ਸ਼ਾਨ ਇਹਨੇ ਮਿਸਰੇ ਮੈਂ ਕੋਈ ਸਹੀ ਯਾਦ ਨਹੀਂ ਹਾਂ ਡੇਢ ਸਾਲ ਪਹਿਲੇ ਬਈ ਗਯੂਰ ਕਸੀਦਾ ਲਿਖਾ ਮੌਲਾ ਉਹਨਾਂ ਦੇ ਕਲਾਮ ਵਿੱਚ ਢੇਰ ਅਸਰ ਦੇਵੇ
ਹੁਣ ਇਹ ਕਸੀਦੇ ਦਾ ਲਵੀ ਹੱਕ ਹੀ ਬਣਦੇ ਜੋ ਅੱਜ ਦੀ ਹਾਲ ਜੋ ਅਕਬਰ ਦੀ ਜੋ ਏ ਸ਼ਹਿਜ਼ਾਦਾ ਸੋਹਣਾ ਸ਼ਹਿਜ਼ਾਦਾ ਹੇ ਚੰਨ ਸ਼ਹਿਜ਼ਾਦਾ ਅਕਬਰ ਸ਼ਹਿਜ਼ਾਦਾ ਮਾਵਾਂ ਦਾ ਦੁਲਾਰਾ ਹੈ ਹਸਨੈਨ ਕੋ ਪਿਆਰਾ ਹੈ ਇਹਦੇ ਹੁਸਨ ਤੁਜੋ ਮੁਕਰੇ ਉਹਦੀ ਮਾਂ ਆਵਾਰਾ ਹੈ ਉਹ ਜਦੋਂ ਦਾ ਆਇਆ ਦੌਰੇ ਅਸਰ ਵਿੱਚ ਯੂਸਫ ਹੈਰਾਨ ਹੈ ਕਬਰ ਵਿੱਚ ਯੂਸਫ ਆਧਾ ਦੇਖੋ ਕਮਾਲ ਲੈਲਾ ਦਾ ਲਾਲ ਕਿਹੜਾ ਸੋਹਣਾ ਲੱਗਦਾ ਹੈ ਪਿਓ ਦੇ ਨਾਲ ਜੋ ਇਹ ਸ਼ਹਿਜ਼ਾਦਾ ਬੰਦ ਕਰੋ ਬਾਜ਼ਾਰ ਸਾਰੇ ਆਖਰੀ ਮਿਸਰਾ ਤੁਹਾਡੇ ਤੇ ਸੁਣੇ ਦਾ ਹੁਣ ਤੁਸਾਂ ਨੀ ਬਾਵਣੇ ਮੈਂ ਤਾਂ ਸੋਹਣੀ ਨੀ ਬਈ ਕਣਾ ਅਲਹਮਦੁਲਿਲਾਹ ਐ ਬੰਦ ਕਰੋ ਬਾਜ਼ਾਰ ਸਾਰੇ ਗੱਲਾਂ ਨੇ ਨਸੀਬ ਦੀਆਂ ਚਾਚੇ ਭਤਰੀਜੇ ਦਾ ਮਦੀਨੇ ਬਾਜ਼ਾਰ ਇਚਾਵਣ ਜਿਹੜਾ ਹੁਣ ਪਿਆ ਲੰਘਦਾ ਹੈ ਈ ਰੋਜ ਨਹੀਂ ਲੰਘਣਾ ਕਰਵਾ ਲੋ ਪੂਰੀਆਂ ਹਾਜਤਾਂ ਇਹਦੀ ਸ਼ਕਲ ਦੀ ਕਰਕੇ ਜ਼ਿਆਰਤਾਂ ਯਸਰਬ ਦਾ ਚੌਕ ਲੋਕਾਂ ਦਾ ਸ਼ੌਕ ਪੈ ਇੱਕ ਬੈਨੂ ਆਧਨ ਵੇਖ ਲੋਕ ਜੋ ਇਹ ਸ਼ਹਿਜ਼ਾਦਾ ਨਾਰਾ ਹੈਦਰੀ